ਰੋਡਾਂ ਹੀ ਦੁਕਾਨਾਂ ਪਹੁੰਚੇ ਆ। ਸਬਜ਼ੀ ਜ਼ਿਆਦਾ ਦਿਸ ਰਹੀ ਆ ਤਾਂ ਫਰੂਟ ਘੱਟ ਦਿਸ ਰਿਹਾ, ਤਾਂ ਅਸੀਂ ਹੁਣ ਤੱਕਣਿਆ ਲਿਖਿਆ ਵਾ ਕਿਹਾ ਸਭਾ ਸੁਤਾ ਰੂਟਾ ਲਿਖਿਆ ਵਾ ਜੀ। ਸਿਰਫ ਸੇਬ ਦੇਣਾ ਜੀ ਕਿਲੋ ਕਿਲੋ ਹਾਂ ਕਿਲੋ 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 ਹਾਂ ਸਭ ਸਾਨੂੰ 2 ਕਿਲੋ ਦੇਣਗੇ। ਕਿਲੋ ਤੋਹਫਾ ਦਿਓ ਸੋ ਸਾਈਂ। ਆਏ ਮਾਲੇ ਰੋਜ਼ਾ ਜ਼ਿਆਦਾ ਲਗਾ ਹੋਇਆ ਸੀ ਖਾਨ ਸਾਹਿਬ, ਕਿਆ ਬਣੇ ਹੋਇਆ ਰੋਜ਼ਾ ਜ਼ਿਆਦਾ ਸੀ ਲਗਾ ਹੋਇਆ ਜੀ। ਜੀ ਮਾਰੇ ਦੋਸਤੋ ਅਸਲਾਮ ਵਾਲੀਕੁਮ, ਕਰਨਾ ਸਾਡੇ ਠਾਕ ਸੋ ਖੁਸ਼ ਬਾਸ਼ ਸੁਲਤਾਲ ਹਿਫਜ਼ੋ ਅਮਾਨ ਚਸੋ। ਮੈਂ ਰਾਸ਼ਿਦ ਸ਼ਬੀਰ ਸਾਂ ਤੱਕ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ। ਅੱਜ ਤੁਹਾਡੀ ਖਿਦਮਤ ਜਾ ਫਿਰ ਆਜ਼ੁਰ ਹੈ ਇੱਕ ਨਵੀਂ ਵੀਡੀਓ ਕਿੰਤਾ, ਇੱਕ ਨਵਾਂ ਵਲਾਗ ਕਿੰਤਾ। ਰਮਜ਼ਾਨ ਬਾਰਿਸ਼ਾਂ ਲਈਆਂ ਹੋਇਆ ਸਨ ਤਾਂ ਬਾਰਿਸ਼ਾਂ ਕੋਲ ਮੌਕਾ ਨਹੀਂ ਸਨ ਦੇਣੀਆਂ ਜਾਣੇ ਨਹੀਂ। ਅੱਜ ਤੁਹਾਡਾ ਮੌਸਮ ਸਾਫ਼ ਹੋਇਆ, 4 ਤੋਂ 7 ਰੁਪਏ ਵੇ, ਤਾਂ ਇਸ ਵੇਲੇ ਮੈਂ ਆਇਆ ਖੇਤਾਂ ਵਿੱਚ। ਖੇਤਾਂ ਦੀ ਸੁਰਤ ਆਲ ਗੱਲ ਚੈੱਕ ਕਰੋ, ਕਣਕਾਂ ਜਿਹੜੀਆਂ ਹੈ ਨਾ ਜੀ ਉਹ ਲੰਮੀਆਂ ਪੈਣੀਆਂ ਪਈਆਂ, ਉਹ ਹੁਣ ਉੱਠਣ ਜੂਆਂ ਕੌਣ ਰਹੀਆਂ। ਇਹਨਾਂ ਬਾਰਿਸ਼ਾਂ ਦੀ ਵਜ੍ਹਾ ਸਾਨੂੰ ਰੋਜ਼ੇ ਦਾ ਠੰਡੇ ਠਾਰ ਗੁਜ਼ਰੇ ਦੇ, ਕੋਈ ਪਤਾ ਨਹੀਂ ਚੱਲੀ ਰਿਹਾ ਕਿ ਰੋਜ਼ਾ ਹੈ ਆ ਜਾਂ ਕੌਣ ਹੈ। ਜਿਸ ਨਾਰਮਲ ਬੰਦਾ ਰੋਟੀਆਂ ਹੀ ਚੋਣਾ ਨਾ, ਉਸੇ ਤਰ੍ਹਾਂ ਰੋਜ਼ਾ ਗੁਜ਼ਰੀ ਰਹੇ। ਕਿਉਂ ਕਿ ਅਜਾ ਤਾਂ ਧੁੱਪ ਤੱਕੀ ਕੌਣ ਰੋਜ਼ਿਆਂ, ਜਦੋਂ ਧੁੱਪ ਨਿਕਲਸੀ ਨਾ ਉਦੋਂ ਪਤਾ ਲੱਗ ਸੀ ਕਿ ਰੋਜ਼ਾ ਕਿਸ ਤਰ੍ਹਾਂ ਗੁਜ਼ਰਾਂ। ਅਗਰ ਬਾਰਿਸ਼ਾਂ ਸੁਬਾਹ ਸਾਂ ਮੌਸਮ ਚੈੱਕ ਕਰੋ ਤਾਂ ਮੌਸਮ ਬਿਲਕੁਲ ਸਾਫ਼ ਸੁਥਰਾ, ਹਰ ਚੀਜ਼ ਸਾਫ਼ ਸੁਥਰੀ ਨਜ਼ਰ ਆ ਰਹੀ ਆ, ਔਰ ਦੂਰਾ ਦੂਰਾ ਤੱਕ ਸੰਗੀ ਨਜ਼ਰ ਆ ਰਹੀ ਸੀ, ਉਹ ਪਹਾੜ ਸੋਂ ਤੱਕ ਹੈ ਪਹਾੜ ਸਾਈਂ ਬਿਲਕੁਲ ਸਾਫ਼ ਨਜ਼ਰ ਆਈ ਰਿਹਾ। ਇੱਧਰ ਸਾਂ ਇੱਧਰ ਫਿਰ ਹੋਇਆ ਤਾਂ ਸਾਈਂ ਨਜ਼ਰ ਛਾਂ ਸੀ ਆ ਡੈਮ, ਤਾਂ ਡੈਮ ਵੀ ਬਿਲਕੁਲ ਸਾਫ਼ ਸੁਥਰਾ ਸੰਗੀ ਨਜ਼ਰ ਆਈ ਰਿਹਾ ਸੀ ਆ। ਬਾਰਿਸ਼ ਨਾਲ ਹਰ ਚੀਜ਼ ਧੋਣ ਧਾਣ ਗਈ ਆ, ਤਾਂ ਹੁਣ ਅਸਾਂ ਵੀ ਜੁਲਨੇ ਹਾਂ, ਘਰ ਵੀ ਨਹਾਉਣੇ ਧੋਣੇ ਆ, ਕੱਪੜੇ ਚੇਂਜ ਕਰਨੇ ਆ, ਫਿਰ ਜੁਲਨੇ ਹਾਂ, ਨਮਾਜ਼ ਜ਼ੋਰ ਪੜ੍ਹਨੇ ਆ। ਕੱਪੜੇ ਲਾਈ ਤਾਂ ਮੈਂ ਬਾਹਰ ਨਿਕਲਣ ਗਿਆ ਸਾਂ, ਤਾਂ ਘਰਾਂ ਲਈ ਪਤਾ ਲਈ ਗਿਆ ਕਿ ਮੈਂ ਜੁਲਿਆ ਬਾਹਰ, ਉਹਨਾਂ ਮਾਰੇ ਇੱਥੇ ਹੀ ਦੇ ਉੜੀ ਆ ਜੀ ਪਰਚੀ ਜਿਸ ਪਰ ਲਿਖਿਆ ਵਾ ਸੌਦਾ ਸਰ, ਇਹ ਸਾਂ ਆਉਣਾ ਆ। ਉਹ ਨਾ ਉੱਥੇ ਵੀ ਜਿਸਾ ਦਿੱਤੀ ਨਾ, ਤਾਂ ਨਾਲ ਉਹ ਦੇਵੀ ਜਾ ਰਹੇ ਬੋਤਲ ਵੀ, ਤਾਂ ਨਾਲ ਹੋਰ ਚੀਜ਼ਾਂ ਦੇਵੀ ਜਾ, ਇਹ ਸਾਂ ਦੇਣੀਆਂ ਰਸਤੇ ਵਿੱਚ। ਬਾਕੀ ਅੱਗੇ ਪਿੱਛਾ ਫਿਰਨੇ ਸੋ ਪਹਿਲੋਂ ਅਸਾਂ ਕਿ ਆਉਣੀਆਂ ਪੈਸਾ ਨੇ ਚੀਜ਼ਾਂ, ਫਿਰ ਉਹ ਕਾਰਡ ਦੇਣੀਆਂ ਪੈਸਾ ਤਾਂ ਮਾਲ ਨਹੀਂ ਹੁਣ ਜੁਲਾਂ ਕਿ ਦੁੱਧ ਵੀ ਕਿੰਨੀ ਛਾਂ, ਤਾਂ ਬਾਕੀ ਇਹ ਜਿਹੜੀਆਂ ਚੀਜ਼ਾਂ ਲਿਖੀਆਂ ਹੋਣਾ ਜੀ ਇਹ ਵੀ ਕਿੰਨੀ ਛਾਂ। ਇਸ ਵਾਸਤੇ ਅਸੀਂ ਜਾਣਾ ਪੈਸੀ ਆ ਖਾਦਮਾਬਾਦ ਬਾਜ਼ਾਰ ਜਾ ਸਾਂ, ਤਾਂ ਫਿਰ ਇਹ ਚੀਜ਼ਾਂ ਸਨ ਕਿਉਂ ਕਿ ਇਹ ਚੀਜ਼ਾਂ ਹੋਰ ਸਭ ਬਾਜ਼ਾਰਾਂ 'ਚੋਂ ਅਸਾਂ ਜੀ ਮਿਲਣ ਨਹੀਂ ਗਿਆ, ਜਿਹੜਾ ਸਾਨੂੰ ਕਰੀਬ ਹੈ ਘਰਿਆਂ ਨੇ। ਅਸੀਂ ਜੇ ਕੋਲ ਲੱਗਣਾ ਜੀ ਉਹ ਫਿਰ ਹੈ ਖਾਦਮਾਬਾਦ ਬਾਜ਼ਾਰ, ਤਾਂ ਹੁਣ ਜੁਲਨੇ ਹਾਂ ਜੀ ਖਾਦਮਾਬਾਦ ਬਾਜ਼ਾਰ, ਇਹ ਚੀਜ਼ਾਂ ਆਉਣੀ ਤਾਂ ਘਰ ਦੇਣੇ ਹਾਂ ਜੀ। ਆਹੋ ਕਾਰਨ ਅਸਾਂ ਬਾਜ਼ਾਰ ਆਏ ਗਏ ਹਾਂ, ਤਾਂ ਰਸੀਦ ਮੈਂ ਪੋੜੀ ਵੀ ਹੈ, ਤਾਂ ਅਸੀਂ ਲਿਖਿਆ ਸੀ ਆ ਫਰੂਟ ਵੀ ਸਵਾਉਣਾ, ਤਾਂ ਫਰੂਟ ਰਾਹੀਂ ਦੁਕਾਨਾਂ ਪਹੁੰਚੇ ਆਏ ਹਾਂ। ਸਬਜ਼ੀ ਜ਼ਿਆਦਾ ਦਿਸ ਰਹੀ ਆ ਤਾਂ ਫਰੂਟ ਘੱਟ ਦਿਸ ਰਿਹਾ, ਤਾਂ ਅਸੀਂ ਹੁਣ ਤੱਕਣੇ ਲਿਖਿਆ ਵਾ ਕਿਹਾ ਸਭਾ ਸੁਤਾ ਰੂਟਾ ਲਿਖਿਆ ਵਾ ਜੀ। ਸੁਰਖ ਸੇਬ ਇਹ ਖਾਣ ਬੈਠਾ ਵਾ ਚੋਕਰ ਮਾੜੀ ਦਾ, ਸੁਰਖ ਸੇਬ ਦੇਣਾ ਜੀ ਕਿਲੋ ਕਿਲੋ ਹਾਂ, ਕਿਆ ਰੇਟ ਚੱਲੀ ਰਿਹਾ ਇਸ ਤਰ੍ਹਾਂ? 400 ਰੁਪਈਆ ਕਿਲੋ, ਤਾਂ ਬਾਕੀ ਇਸ ਨੇ ਨਾਲ ਹੀ ਲਿਖਿਆ ਵਾ ਜੀ। ਔਰ ਮਾਲਟੇ ਅੱਧਾ ਦਰਜਨ, ਮਾਲਟੇ ਅੱਧਾ ਲੱਗੇ ਜੀ, ਇਹ ਮਾਲਟੇ ਵੀ ਬੋਣੇ ਆ, ਫਿਰ ਇਹ ਬਣੇ ਆ ਛਾਪੜਿਆਂ ਵਿੱਚ, ਤਾਂ ਫਿਰ ਜੁਲਨੇ ਆ ਘਰ। ਤਾਂ ਬਾਕੀ ਹੋਰ ਜਿਹੜੀਆਂ ਚੀਜ਼ਾਂ ਲਿਖੀਆਂ ਹੋਣ ਉਸ ਜਿਹੜੀ ਮਿਲ ਸਨ, ਹੋਰ ਸਾ ਦੁਕਾਨਾਂ ਮਿਲ ਸਨ, ਇੱਥੋਂ ਲੱਭਣ ਨਹੀਂ ਗਿਆ ਸੰਗੀ। ਇਹਦਾ ਫਰੂਟ ਵੀ ਆਈ ਗਿਆ ਜੀ, ਸੂਆ ਸੇਬ, ਇਹ ਸਾਂ ਤੱਕਣੇ ਉਸ ਕਿਲੋ 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 ਹਾਂ ਸਭ ਸਾਂ 2 ਕਿਲੋ ਦੇਣਗੇ। ਕਿਲੋ ਤੋਹਫਾ ਦਿਓ ਸੋ ਸਾਈਂ। ਆਏ ਮਾਲੇ ਰੋਜ਼ਾ ਜ਼ਿਆਦਾ ਲਗਾ ਹੋਇਆ ਸੀ ਖਾਨ ਸਾਹਿਬ, ਕਿਆ ਬਣੇ ਹੋਇਆ ਰੋਜ਼ਾ ਜ਼ਿਆਦਾ ਸੀ ਲਗਾ ਹੋਇਆ ਜੀ। ਸੇਬ ਤਾਂ ਮਾਸ਼ਾ ਅੱਲਾ ਬਹੁਤ ਅੱਛਾ ਆ, ਰੇਟ ਵੀ ਮਾਸ਼ਾ ਅੱਲਾ ਬਹੁਤ ਅੱਛਾ। ਕਿਹੜਾ ਸੇਬ ਹੈ ਜੀ? ਰਾਨੀ ਸੇਬ, ਬਿਲਕੁਲ ਰਾਨੀ ਅਲਸੂਆ ਕੁੱਟ ਹੋਇਆ ਵਾ। ਅਸਾਂ ਦੁਕਾਨਾਂ ਪਰ ਮੌਜੂਦ ਆ, ਅਸਾਂ ਜੀ ਬਹੁਤ ਹੀ ਪਿਆਰੇ ਸਾਰੇ ਖਾਨ ਸਾਹਿਬ ਮਿਲਿਆ। ਅਸਲਾਮ ਅਲੈਕਮ, ਕਿਆ ਰੇਟ, ਨਾਮ ਬਤਾਓ ਨਾ, ਨਾਮ ਕਿਆ? ਜ਼ਾਇਰ ਕਮਾਂਡੋ। ਜ਼ਾਇਰ ਤਾਂ ਨਾਲ ਕਮਾਂਡੋ ਵੀ। ਜ਼ਾਇਰ ਖਾਣੇ ਵਾਲਾ ਕੌਣ ਸਾ? ਖਾਣੇ ਵਾਲਾ, ਦੇਖਣੇ ਵਾਲਾ, ਦੇਖਣੇ ਵਾਲਾ। ਰਮਜ਼ਾਨ ਮੁਬਾਰਕ ਹੋ ਬਹੁਤ ਬਹੁਤ। ਰੋਜ਼ਾ ਮੁਬਾਰਕ, ਰਮਜ਼ਾਨ ਮੁਬਾਰਕ, ਰਮਜ਼ਾਨ ਮੁਬਾਰਕ। ਕਿੱਧਰ ਆਇਆ ਥਾ? ਕਿੱਧਰ ਹੈ? ਕੇਰੇ ਮੋੜ, ਸੰਗੋਠੇ ਮੋੜ। ਇਧਰ ਕਿੱਧਰ ਆਇਆ? ਇਧਰ ਆਇਆ ਦੋਸਤੋ ਕੀ ਦੁਕਾਨ ਪੇ। ਦੋਸਤੋ ਕੀ ਦੁਕਾਨ ਪੇ ਆਇਆ? ਕੁਛ ਲੈਣੇ ਕੇ ਲਈ ਆਇਆ ਜਾਂ ਵੈਸੇ ਹੀ ਆਇਆ? ਨਾ ਨਾ, ਮੈਂ ਤਾਂ ਮੁਲਾਕਾਤ ਹਮ ਕਰੇਗਾ, ਸਬਦਮ ਅਵਦਮ ਜਾਏਗਾ, ਔਰ ਗਰੀਬ ਬੰਦਾ ਹੈ, ਕੰਮ ਕੰਮ ਕਰੇਗਾ, ਸੌਦਾ ਮੌਦਾ ਲੇਗਾ। ਵਾਲੇ ਮੁਸਲਮ, ਕਹਿ ਲੈ ਜੀ, ਅੱਲਾਹ ਸ਼ੁਕਰ। ਤੂੰ ਤਾਂ ਗੈਸ ਲੈ ਗੱਡੀਆਂ ਸੁੱਕਿਆ ਕਰਨੇ ਤੋਂ, ਸਮਾਨ ਖਾਲੀ ਲੱਗਣਾ ਸੀ, ਪੂਰਾ ਖਾਦਮਾ ਬਾਅਦ ਸਭ ਸੰਭਾਲਿਆ ਹੋਇਆ, ਰੋਡਿੰਗ ਸਾਂ ਕਰਨੇ ਹੋਇਆ ਸਾਡੇ, ਪੈਸੇ ਦਿੱਤੇ ਜਾਂ ਹੁਣ ਹੁਣ ਅਸੀਂ ਬਕਾਇਆ ਵਾਪਸ ਦੇ ਰਹੇ ਆ। ਬਾਕੀ ਆਹ ਛਾਪੜ ਪਿਆ, ਇਸ ਛਾਪੜੇ ਚਾਣੇ ਆ, ਬਾਕੀ ਉਹ ਮੋਟਰਸਾਈਕਲ ਲਗਾ, ਤਾਂ ਮੋਟਰਸਾਈਕਲ ਨਾਲ ਇਹ ਛਾਪੜ ਲਾਣੇ ਤਾਂ ਫਰੂਟ ਕਿਨੀ, ਤਾਂ ਇਸ ਵੇਲੇ ਪਹੁੰਚੀਆਂ ਜੀ ਸਮਰੋਠਾ ਮੋਰ। ਬਾਕੀ ਅਸਾਂ ਤੱਕ ਉਸ ਵੇਲੇ ਨਿਕੇ ਜਾਈ ਰਹੇ, ਪਾਣੀ ਖੜੀ ਰਹੇ, ਪਾਣੀ ਕਿਸ ਵਾਸਤੇ ਖੜੀ ਰਹੇ ਹੋ? ਪਕੌੜੇ ਬਣਾ, ਪਕੌੜੇ ਪਾਣੀ ਬਣੇ ਹੋਏ ਜੀ। ਆਹ ਸਾਨੂੰ ਦੇਖੋ ਜੀ ਮੌਲਵੀ ਸਾਹਿਬ, ਇਹ ਮੌਲਵੀ, ਇਸ ਨਾਂ ਕਿਆ ਮੌਲਵੀ ਦਾ? ਅਰੁਣ ਖਾਨ। ਸਿੱਧੀ ਕਿਵੇਂ?
ਪੜ੍ਹਿਆ ਹੈ ਹਾਂ ਪੜ੍ਹੀ ਕਿਆ ਪੜ੍ਹਿਆ ਨੇ ਅੱਜ ਸਬਕ ਕਿਹੜਾ ਸਬਕ ਪੜ੍ਹਿਆ ਨੇ ਕਿਹੜੇ ਸਬਾਰੇ ਨਾਲ ਦੂਸਰੇ ਨਾਲ ਆਈਆ ਜੀ ਆਈਆ ਤਾਂ ਮੌਲੀ ਨੂੰ ਛੁੱਟੀ ਦੇ ਦਿੱਤੀ ਆ ਆਣੇ ਸਮ ਮੌਲੀ ਛੁੱਟੀ ਮੰਗਵਾਈ ਕੀ ਆ ਰੋਜ਼ਾ ਲਗਾਓ ਸੀ ਨਾ ਰੋਜ਼ਾ ਰੱਖਿਆ ਉਹਨੇ ਕੋਣੀ ਰੱਖਿਆ ਕਿਤਨਾ ਰੋਜ਼ਾ ਅੱਜ ਪਹਿਲਾ ਅੱਛਾ ਪਹਿਲਾ ਰੋਜ਼ਾ ਜੀ ਮਾਸ਼ਾਅੱਲਾ ਮੁਬਾਰਕ ਨੇ ਬਾਕੀ ਹੁਣ ਜੁਲਨੇ ਆ ਜੀ ਸਟੋੜਿਆ ਪਰ ਸਟੋੜਿਆ ਨਾ ਜੀ ਸਮਾਣੇ ਸੁਪਰ ਸਟੋਰ ਉੱਥੋਂ ਜਾਣਾ ਜਿਹੜੀਆਂ ਚੀਜ਼ਾਂ ਦੀ ਅਸੀਂ ਜ਼ਰੂਰਤ ਹੈ ਜੀ ਉਹ ਸਾਂ ਚੀਜ਼ਾਂ ਉੱਥੋਂ ਕਿੰਨੇ ਆ ਅੰਦਰ ਅਸਾਂ ਆਇਆ ਨਾ ਪਾਪਾ ਖਲਤੇ ਅਸਲਾਮ ਵਾਲੇਕਮ ਵਾਲੇਕਮ ਸਲਾਮ ਜੀ ਕਹਦਾ ਜੀ ਠੀਕ ਹੋ ਅੱਲਾ ਨੂੰ ਸ਼ੁਕਰ ਠੀਕ ਠਾਕ ਅੱਜ ਸਾਂ ਸਟੋੜਿਆ ਬਸਾਂ ਆ ਬਾਰ ਬਾਰ ਜਿਸਾ ਵੇਚ ਰਹੇ ਸਾਂ ਸਟੋੜਿਆ ਬਚਨੇ ਆ ਮਾਸ਼ਾਅੱਲਾ ਤਾਂ ਅਸੀਂ ਪਤਾ ਅੱਜ ਗੱਲ ਰਮਜ਼ਾਨ ਚੱਲੀ ਰਿਹਾ ਜੀ ਜੀ ਬਿਲਕੁਲ ਤਾਂ ਰਮਜ਼ਾਨ ਦੇ ਹਿਸਾਬ ਨਾਲ ਕਿਹੜੀਆਂ ਆਈਟਮਾਂ ਨਵੀਆਂ ਆਈਆਂ ਅੱਜ ਜੀ ਜਨਾਬ ਖਜੂਰ ਆਈਏ ਔਰ ਪੈਂਗ ਆਈਏ ਕੀ ਬਾਦ ਰਮਜ਼ਾਨ ਹੈ ਤੁਮੋ ਜਾਮੀ ਕੀ ਰੂਹ ਦਾ ਜਿਸੇ ਚ ਜਨਾਬ ਅਸਾਂ ਪੁਰਾਣੇ ਰੇਟ ਲਾਏ ਨਵੇਂ ਇਹ ਪੁਰਾਣੇ ਰੇਟ ਚੱਲੀ ਰਹੇ ਨਵੇਂ ਨਹੀਂ ਹੈ ਨਵੇਂ ਵੀ ਹੈ ਪੁਰਾਣੇ ਰੇਟ ਮਤਲਬ ਵੇਚ ਰਹੇ ਨਵੇਂ ਰੇਟ ਇਹਨਾਂ ਵਿੱਚ ਉਸੇ ਤਾਂ ਇੱਕ ਚੀਜ਼ ਵੀ ਨਹੀਂ ਚਾਹੀਦੀ ਹੈ ਅਸੀਂ ਤਾਂ ਚਾਹੀਦੀ ਹੈ ਬ੍ਰੈਡ ਬ੍ਰੈਡ ਹੈ ਬ੍ਰੈਡ ਹੈ ਬ੍ਰੈਡ ਦੱਸੋ ਅਸਾਂ ਕੀ ਬ੍ਰੈਡ ਛੋਟੀ ਜਾਂ ਬੜੀ ਬੜੀ ਦੇ ਰਿਹਾ ਹੈ ਇਹ ਬੜੀ ਹੋਈ ਗਈ ਹੋਰ ਔਰ ਅਸਾਂ ਕੀ ਆਪੋ ਫਿਰ ਚੀਜ਼ਾਂ ਜਾਣੀਆਂ ਪੈਸੇ ਨਾਲ ਕੱਢਣੀਆਂ ਪੈਸੇ ਨਾਲ ਬਾਕੀ ਦੂਜੇ ਜੀ ਫਰੂਟ ਤਾਂ ਨਹੀਂ ਲੱਭਣਾ ਹੈ ਜੀ ਫਰੂਟ ਵੀ ਲੱਭ ਜਾਣਾ ਫਰੂਟ ਵੀ ਲੱਭੀ ਜਾਣਾ ਪਕੌੜੇ ਸਮੋਸੇ ਲੱਭੀ ਜਾਣੇ ਠੀਕ ਹੋਈ ਜੀ ਮੱਛੀ ਵੀ ਲੱਭ ਸੀ ਜਨਾਬ ਅੱਜ ਫਰੂਟ ਅਸਾਂ ਕੀ ਨਹੀਂ ਆਇਆ ਬਾਹਰੋਂ ਤੇ ਬਾਕੀ ਪਕੌੜੇ ਸਮੋਸੇ ਚੱਕ ਕਰਨੇ ਆ ਮੱਛੀ ਵੀ ਲੱਭ ਸੀ ਮੱਛੀ ਵੀ ਲੱਭ ਸੀ ਅੱਜ ਤਲੀ ਵਿੱਚ ਜ਼ਰਾ ਮੌਸਮ ਜਿਹੜਾ ਆ ਰਿਹਾ ਜੀ ਉਹ ਸਰਦੀ ਵਾਲਾ ਹੈ ਸਰਦੀ ਦੇ ਮੌਸਮ ਵਿੱਚ ਜ਼ਰਾ ਮੱਛੀ ਬਣੀ ਹੈ ਅੱਜ ਮੱਛੀ ਤਿਆਰ ਕੀਤੀ ਹੈ ਬਾਕੀ ਮੈਂ ਛਾਪਰ ਦਿਓ ਆ ਛਾਪੜੇ ਮੈਂ ਚੀਜ਼ਾਂ ਬਾਈ ਜਣਾ ਬਾਕੀ ਆ ਤਾਂ ਅਸਾਂ ਚੀਜ਼ਾਂ ਕੱਢੀ ਗਿੰਦੀਆਂ ਜੀ ਇਹਨਾਂ ਹੁਣ ਚੀਜ਼ਾਂ ਕਿ ਅਸਾਂ ਬਸ ਛਾਪੜਿਆ ਹੋਵੇ ਤਾਂ ਛਾਪੜੇ ਬਾਈ ਨਾ ਤਾਂ ਫਿਰ ਉਹ ਅਸਾਂ ਕੌਂਟਰੈਕਟ ਜਾਸਾਂ ਤਾਂ ਉੱਥੇ ਪੈਸੇ ਇਹਨਾਂ ਨੇ ਅਦਾ ਕਰਸਾਂ ਸਮਾਣੀ ਸੁਪਰ ਸਟੋਰ ਤੋਂ ਅਸਾਂ ਚੀਜ਼ਾਂ ਕਿਤਾ ਬਾਹਰ ਨਿਕਲਦੇ ਹਾਂ ਜੀ ਇੱਥੇ ਅਸੀਂ ਪਤਾ ਲਗਾ ਸੀ ਕਿ ਪਕੌੜੇ ਸਮੋਸੇ ਉਸ ਤੋਂ ਬਾਅਦ ਮੱਛੀ ਵੀ ਅੱਜ ਤਲੀ ਦੇ ਰਹੀ ਆ ਇੱਥੇ ਇੱਕ ਨਵਾਂ ਅਠੀਆ ਖੋਲਿਆ ਸਾਰੇ ਚਾਚਾ ਹੋਰੇ ਇਹ ਅੱਜ ਕੱਢੀ ਦੇ ਪਕੌੜੇ ਅਸਲਾਮ ਵਾਲੇਕਮ ਸਲਾਮ ਜੀ ਕੀ ਹਾਲ ਹੈ ਨਵੀਂ ਵਰਾਇਟੀ ਆਉਂਦੀ ਨੇ ਇੱਥੇ ਅੱਗੇ ਵਰਾਇਟੀ ਨਹੀਂ ਸੀ ਜ਼ਰਾ ਮੁਕਾਬਲਾ ਚੱਲੀ ਰਿਹਾ ਸੋਨਾ ਜੀ ਅੱਛਾ ਮਾੜੇ ਚਾਚੇ ਨੇ ਨਾ ਕਿਹਾ ਤਾਰਕ ਕਰੀਮ ਆ ਤਾਂ ਇੱਥੇ ਅਸੀਂ ਕਿਹੜੀ ਕਿਹੜੀ ਵਰਾਇਟੀ ਮਿਲ ਸਕਣੀ ਆ ਇੱਥੇ ਜਨਾਬ ਸਮੋਸਾ ਪਕੌੜਾ ਮੱਛੀ ਚਾਚਾ ਮੀਂਹ ਬਹੁਤ ਹੈ ਮੱਛੀ ਦਾ ਸੀਜ਼ਨ ਤਾਂ ਹੁਣ ਖਤਮ ਹੀ ਹੋਣਾ ਪਿਆ ਸਰਦੀਆਂ ਹੁਣ ਖਤਮ ਹੋ ਗਈਆਂ ਤੇ ਬਾਦਸ਼ਾਹ ਹਿਸਾਬ ਨਾਲ ਤੁਸੀਂ ਕਰੀ ਰਿਹਾ ਜਾਂ ਕਿਆ ਹੋਣੀ ਠੀਕ ਤਾਂ ਕਿਆ ਰਿਸਪੋਂਸ ਦੇ ਰਹੀ ਆ ਵਾਹਨ ਰੋਜ਼ੀਆਂ ਜ਼ਿਆਦਾ ਤਾਵਨ ਕਰੀ ਰਹੀ ਹੈ ਜਾਂ ਪਹਿਲੇ ਵੀ ਹਵਾ ਕਰਨੀ ਸੀ ਤਾਵਨ ਠੀਕ ਹੋ ਗਿਆ ਕਰਨੇ ਰਸਨ ਹੈ ਜ਼ਹਿਰ ਠੀਕ ਘਰ ਬੜਿਆ ਅਸਾਂ ਤਾਂ ਘਰ ਲਿਆ ਆਇਆ ਘਰ ਨਾ ਬੜਿਆ ਘਰ ਤੂੰ ਬਿਲਕੁਲ ਆਰਾਮ ਨਹੀਂ ਕਰਨਾ ਤੂੰ ਜਾ ਬਾਹਰ ਬੱਕਰੀਆਂ ਲੋੜ ਹੁਣ ਮੈਂ ਆਈ ਗਿਆ ਜੀ ਬੱਕਰੀਆਂ ਲਾਉਂਦੇ ਸਰ ਬੱਕਰੀਆਂ ਕਿੱਥੇ ਲਾਉਂਦਾ ਪਿਆ ਰੋਡਾਂ ਵੜ ਜ਼ਰਾ ਬੱਕਰੀਆਂ ਖੁੱਲੀਆਂ ਹੋਣ ਤਾਵੇਂ ਰੋਡਾਂ ਤਾਂ ਵਧੀਆ ਹੋਣ ਤਾਵੇਂ ਰੋਡਾਂ ਬਾਕੀ ਕੀ ਅੱਗੇ ਪਿੱਛੇ ਚੜਾ ਤਾਂ ਲੱਭਣ ਨਹੀਂ ਗਿਆ ਉਹਨਾਂ ਕੀ ਅੱਗੇ ਰੜੀਆਂ ਵਾ ਤਾਂ ਕਣਕਾਂ ਤਾਂ ਹੁਣ ਅੱਗੇ ਪਿੱਛੇ ਮੈਂ ਤੱਕੀ ਰਿਹਾ ਮਤਾ ਕੋਈ ਬੱਕਰੀਆਂ ਸੰਗੀ ਲੱਭੀ ਜਾਣਾ ਕਿਉਂਕਿ ਉਹ ਰੇਸਨ ਤਾਂ ਇੱਥੇ ਹੀ ਕੁੜਿਆ ਦੂਰ ਨਹੀਂ ਜਾਣਗੀਆਂ ਜ਼ਹਿਰਾ ਸ਼ਾਮੀ ਨਾਲ ਟਾਈਮ ਹੈ ਤਾਂ ਸ਼ਾਮੀ ਨਾਲ ਟਾਈਮ ਹੈ ਉਹ ਜ਼ਹਿਰਾ ਕਰੈਕ ਕੋਲ ਹੀ ਹਸਨ ਬੱਕਰੀਆਂ ਕੀ ਸਹਿਰਾ ਲੋੜੀ ਲੋੜੀ ਨਾਲ ਤਾਂ ਇਹ ਐਦਾ ਖਲਤੀਆਂ ਨੇ ਮਾਸ਼ਾਅੱਲਾ ਮਾਸ਼ਾਅੱਲਾ ਇਹ ਖਾਈ ਰਹੀਆਂ ਬੈਰ ਬੈਰ ਅਸਾਂ ਕੀ ਖਾਣੇ ਸਾਨੂੰ ਲੱਭੇ ਇਹ ਬੱਕਰੀਆਂ ਖਾਈ ਰਹੀਆਂ ਅਸਾਂ ਹੁਣ ਖਾਸਾਂਗੇ ਕਿੱਥੋਂ ਆਈ ਗਏ ਹੁਣ ਰੋਜ਼ੇ ਚਲੋ ਇਹ ਚੰਗਾ ਹੋ ਗਿਆ ਕਿ ਬੱਕਰੀਆਂ ਹੁਣ ਲੱਭੀ ਗਈਆਂ ਹੁਣ ਅਸੀਂ ਕੁਦਰਤ ਦੂਰ ਨਹੀਂ ਜਾਣਾ ਪੈਂਗਾ ਇੱਥੇ ਹੁਣ ਬੈਸਾਂ ਆਰਾਮ ਕਰਸਾਂ ਇਹਨਾਂ ਬੱਕਰੀਆਂ ਵੀ ਤੱਕਸਾਂ ਕਿ ਕਿਸੇ ਖਾਈ ਰਹੀਆਂ ਚੜੀ ਰਹੀਆਂ ਇਹ ਅਸਾਂ ਤੱਕੋ ਜੀ ਬੱਕਰੀ ਉਹ ਤਾਂ ਕਹਿੰਦਾ ਬਾਕੀ ਕਣਕਾਂ ਹੀ ਬੜੀਆਂ ਕਣਕਾਂ ਛਣਕਾਂ ਖਾਈ ਰਹੀਆਂ ਕਣਕ ਵੀ ਆਪਣੀ ਆ ਲੋਕਾਂ ਨਹੀਂ ਕਾਉਣੀਆਂ ਚਲੋ ਮੌਜਾਂ ਸੋਜਾਂ ਮਾਰੋ ਹੈ ਬਾਕੀ ਹੁਣ ਇੱਥੇ ਹੀ ਬਿਨੇ ਆ ਬੱਕਰੀਆਂ ਛੱਕਣੀਆਂ ਚਰਾਉਣੇ ਆ ਜਿਸ ਰੋਜ਼ ਨਾਲ ਟਾਈਮ ਆਉਣੇ ਵਾਲਾ ਹੋਇਆ ਨਾ ਤਾਂ ਰੋਜ਼ ਸੋਸਾਂ ਕੁਝ ਟਾਈਮ ਪਹਿਲਾਂ ਇਹਨਾਂ ਬੱਕਰੀਆਂ ਦੀ ਕਾਰ ਖਰਸਾਂ ਤਾਂ ਫਿਰ ਇਹਨਾਂ ਕੀ ਕਾਰ ਜਿਹੀ ਕਿਲੇ ਬਰਸਾਂ ਬਾਕੀ ਇਹਦੇ ਕੋਲ ਕੁੱਤਾ ਵੀ ਨਾਲ ਇਹਨਾਂ ਦੀ ਰਖਵਾਲੀ ਵਾਸਤੇ ਇਹ ਇਹਨਾਂ ਦੀ ਰਖਵਾਲੀ ਕਰੀ ਗਿਆ ਔਰ ਅਗਰ ਇਸ ਝੰਡੀ ਨੇ ਸਾਨੂੰ ਬੈਰ ਚੈੱਕ ਕਰੋ ਤਾਂ ਬੈਰ ਜਿਹੜੇ ਹੈ ਨਾ ਜੀ ਬਿਲਕੁਲ ਸੇਬਾਂ ਨਹੀਂ ਤਰ੍ਹਾਂ ਮੋਟੇ ਮੋਟੇ ਬੈਰ ਇਹ ਹੁਣ ਪੂਰੀ ਬਾੜੀ 'ਚ ਬੈਰ ਹੀ ਬੈਰ ਹੋਈ ਕਿ ਬੈਰ ਕੀਆਂ ਹੋਏ ਕਿ ਇੱਥੇ ਪਿਆ ਰਾਤੀ ਚੱਖਰ ਤਾਂ ਚੱਖਰ ਨਹੀਂ ਵਜਾ ਸੋ ਸਾਰੇ ਜਿਹੜੇ ਬੈਰ ਹੈ ਉਹ ਨੀਚਾ ਢੇਪ ਬਾਕੀ ਆਦਾ ਜੰਡ ਹੈ ਪਰ ਜੰਡ ਹੀ ਅਸਾਂ ਥੋੜ੍ਹੀ ਕੁੰਡੀ ਸੀ ਆ ਬੱਕਰੀਆਂ ਨੇ ਲੁੰਗਿਆ ਮਾਰਿਆ ਬਾਕੀ ਉਹ ਜਲ ਰਹੇ ਨੇ ਨਾ ਹੱਪੜ ਉਹਨਾਂ ਦਾ ਜਾਂ ਬੈਰ ਸ਼ਾਇਦ ਕਾਫੀ ਲੱਗੇ ਬੈਰ ਵੀ ਸਹੀ ਲੱਦੀ ਵੀ ਨਾ ਜੰਡ
ਇਹ ਮੈਂ ਨਾ ਚੱਕਰ ਕਿਹਾ ਇੰਨੇ ਬੰਦਾ ਝੁੰਡਿਆ ਨਾ ਤਾਂ ਵੀ ਇਸ ਤਰ੍ਹਾਂ ਬੈਰ ਨਹੀਂ ਖਤਮ ਹੋਣਗੇ ਬਾਕੀ ਰੱਖਣੇ ਆਪਾਂ ਜੰਟ ਪੂਰੀ ਲੱਦੀ ਵੀ ਨੇ ਜੀ ਮਾੜੇ ਦੋਸਤੋ ਅੱਜ ਨਹੀਂ ਸੋ ਵੀਡੀਓ ਚੈੱਕ ਕੀਤੀ ਹੋਈ ਸੀ ਯਕੀਨ ਸੋ ਅੱਜ ਨਹੀਂ ਵੀਡੀਓ ਇੰਜੋਏ ਕੀਤੀ ਹੋਈ ਸੀ ਹੈ ਤਾਂ ਇਸ ਵੇਲੇ ਆਉਣਾ ਪਿਆ ਟਾਈਮ ਸ਼ਾਮ ਨਾ ਸੂਰਜ ਲੈਣਾ ਜਾਣਾ ਸੋ ਤੱਕ ਨਹੀਂ ਸੋ ਬੈਕ ਸਾਈਡ ਸੰਗ ਨਜ਼ਰ ਆਈ ਰਿਹਾ ਸੀ ਸੂਰਜ ਰਹਿਣਾ ਜੀ ਉਹ ਬਿਲਕੁਲ ਡੁੱਬਣਾ ਪਿਆ ਜ਼ਹਿਰਾ ਸੂਰਜ ਡੁੱਬਣਾ ਪਿਆ ਤਾਂ ਇਸ ਤਰ੍ਹਾਂ ਇਹ ਮਤਲਬ ਹੋਈ ਗਿਆ ਕਿ ਰੋਜ਼ ਨਾ ਵੀ ਟਾਈਮ ਲਗਾ ਛੱਡਣਾ ਬਾਕੀ ਆਪਾਂ ਸੋ ਤੱਕ ਨਹੀਂ ਉਸ ਦਾ ਮੌਸਮ ਬਿਲਕੁਲ ਸਾਫ਼ ਸੁਥਰਾ ਹੋਣਾ ਪਿਆ ਉਹ ਬਾਕੀ ਸਹੀ ਨਜ਼ਰ ਸੀ ਸੋ ਚਿੱਟੇ ਚਿੱਟੇ ਚਾਰ ਉਹ ਨੀਲਾ ਅਸਮਾਨ ਸਹੀ ਨਜ਼ਰ ਆ ਰਿਹਾ ਸੀ ਕਿ ਮੌਸਮ ਬਿਲਕੁਲ ਸਾਫ਼ ਹੋਣਾ ਪਿਆ ਬਾਕੀ ਦੱਸਾਂ ਕਿ ਨਾ ਇਜਾਜ਼ਤ ਇਸ ਦੁਆਨੇ ਸਾਨੂੰ ਖਿਦਮਤ ਇਸੇ ਤਰ੍ਹਾਂ ਸਾਂ ਨਈ ਨਈ ਵੀਡੀਓ ਕਿ ਹਾਜ਼ਰ ਹੋਣੇ ਸਾਂ ਤਦ ਤੱਕ ਦੇਸੋ ਇਜਾਜ਼ਤ ਫੀ ਮਾਨ ਅੱਲਾ।